ਇੱਕ ਪਤੀ ਦੇ ਵੱਲੋਂ ਆਪਣੀ ਹੀ ਪਤਨੀ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ, ਚੁੰਨੀ ਦੇ ਨਾਲ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰਿਆ ਗਿਆ। ਇਹਨਾਂ ਦੇ 4 ਬੱਚੇ ਨੇ ਔਰ ਇੱਕ ਪਤੀ ਜੋ ਕਿ ਸ਼ਰਾਬ ਦਾ ਆਦੀ ਸੀ, ਆਪਣੀ ਹੀ ਪਤਨੀ ਤੋਂ ਪੈਸਿਆਂ ਦੀ ਡਿਮਾਂਡ ਕਰਦਾ ਸੀ, ਨਾ ਦੇਣ ਦੀ ਸੂਰਤ ਵਿੱਚ ਉਸ ਨਾਲ ਕੁੱਟਮਾਰ ਗਾਲੀ ਗਲੋਚ ਕਰਦਾ ਸੀ। ਤਾਂ ਸ਼ਾਮ ਨੂੰ ਘਰ ਆਇਆ, ਪੈਸੇ ਮੰਗੇ, ਨਹੀਂ ਦਿੱਤੇ ਤਾਂ ਉਸਨੇ ਚੁੰਨੀ ਦੇ ਨਾਲ ਗਲਾ ਘੁੱਟ ਕੇ ਆਪਣੀ ਹੀ ਘਰਵਾਲੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕੋਟਕਪੁਰਾ ਦੇ ਮਹੱਲਾ ਨਿਰਮਾਣਪੁਰਾ ਦਾ ਇਹ ਪੂਰਾ ਮਾਮਲਾ ਹੈ। ਪਤੀ ਸ਼ਰਾਬ ਦਾ ਆਦੀ ਸੀ, ਪਤਨੀ ਤੋਂ ਰੋਜ਼ ਹੀ ਪੈਸੇ ਮੰਗਦਾ ਸੀ। ਤਾਂ ਦੱਸ ਦੇ ਕਿ ਇਸ ਪਤੀ ਦੇ ਵੱਲੋਂ ਬੜੀ ਬੇਰਹਿਮੀ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੁੰਨੀ ਦੇ ਨਾਲ ਗਲਾ ਘੁੱਟਿਆ, ਤੜਫ ਤੜਫ ਕੇ ਇਸ ਦੀ ਪਤਨੀ ਦੀ ਜਾਨ ਨਿਕਲ ਗਈ। ਇਸ ਪੂਰੇ ਮਾਮਲੇ ਦੇ ਵਿੱਚ ਮ੍ਰਿਤਕਾ ਦੇ ਭਰਾ ਨੇ ਪੁਲਿਸ ਦੇ ਕੋਲ ਬਿਆਨ ਦਰਜ ਕਰਵਾਏ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਹ ਪ੍ਰਵਾਸੀ ਮਜ਼ਦੂਰਾਂ ਦਾ ਪਰਿਵਾਰ ਹੈ ਔਰ ਇਹ ਦਰਿੰਦਾ ਪਤੀ ਜਿਸ ਨੇ ਆਪਣੀ ਪਤਨੀ ਦਾ ਚੁੰਨੀ ਦੇ ਨਾਲ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ, 4 ਮਾਸੂਮ ਬੱਚਿਆਂ ਤੋਂ ਉਹਨਾਂ ਦੀ ਮਾਂ ਖੋ ਲਈ। ਬਸ ਉਹਨਾਂ ਨੇ ਦਾਰੂ ਦੂਰੂ ਪੀ ਕੇ ਉਹਨਾਂ ਨਾਲ ਲੜਾਈ ਕਰਦਾ ਹੁੰਦਾ ਸੀ ਅਤੇ ਕੱਲ੍ਹ ਉਹਨਾਂ ਨੇ ਬਾਹਲਾ ਹੀ ਲੜਾਈ ਕਰਦੇ ਨੇ, ਗਲਾ ਘੁੱਟ ਕੇ ਉਹਨੂੰ ਮਾਰ ਕੇ ਭੱਜ ਗਿਆ। ਉਮਰ ਹੋਊਗਾ ਘੱਟੋ ਘੱਟ 28-29 ਸਾਲ ਦਾ ਹੋਊਗਾ। ਕਿਆ ਮੰਗ ਕਰਦੇ ਹੋ? ਮੰਗ ਅਬ ਜੋ ਉਨਕਾ ਜਵਾਕ ਜਲੇ ਹੈ ਉਨਕੀ ਪਰਵਰਿਸ਼ ਕਰਾ ਦਿਓ, ਬਸ ਹਮਨੇ ਕਿਆ ਮੰਗ ਕਰਨਾ ਹੈ। ਪਹਿਲੇ ਵੀ ਮਾਰਪੀਟ ਕਰਤਾ ਸੀ? ਹਾਂਜੀ, ਪਹਿਲੇ ਵੀ ਕੀਆ ਤਾ। ਕਿਤਨੇ ਬੱਚੇ ਹੈ? 3 ਬੱਚੇ ਤੋਂ ਉਨਕੇ ਖੁਦ ਕੇ ਹੈ, ਇੱਕ ਚੌਥਾ ਹੈ ਉਨਕੇ ਪਹਿਲੇ ਘਰ ਕਾ। ਜੋ ਆਪਕੇ ਬਹਿਨ ਕਾ ਪਤੀ ਥਾ ਵੋ ਕਿਆ ਕੰਮ ਕਰਤਾ ਥਾ? ਬਸ ਇਹ ਝੰਡੇ ਚੁੰਡੇ ਸੇ ਮੰਗ ਮੁੰਗ ਕੇ ਗੁਜ਼ਾਰਾ ਕਰਦਾ ਸੀ ਜੀ। ਕੱਲ੍ਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਰਾਮ ਤਾਂਤੀ ਹੈ ਇੱਥੇ, ਉਹਦੀ ਉਹਨੇ ਇਤਲਾਹ ਦਿੱਤੀ ਹੈ ਵੀ ਮੇਰੀ ਭੈਣ ਜਿਹੜੀ ਹੈ ਰੀਨਾ ਦੇਵੀ ਇੱਥੇ ਸੰਦੀਪ ਕੁਮਾਰ ਨੇ ਵੇਚ ਸੀਗੀ। ਉਹ ਕਿਰਾਏ 'ਤੇ ਰਹਿੰਦਾ ਸੀਗਾ ਬੇਸਿਕਲੀ, ਅਤੇ ਉਹਨੂੰ ਦਾਰੂ ਪੀ ਕੇ ਕੁੱਟਦਾ ਮਾਰਦਾ ਸੀਗਾ। ਕੱਲ੍ਹ ਵੀ ਕੋਈ ਉਹਨਾਂ ਝਗੜਾ ਹੋਇਆ ਅਤੇ ਉਹਦਾ ਸੰਦੀਪ ਕੁਮਾਰ ਨੇ ਆਪਣੀ ਘਰਵਾਲੀ ਦਾ ਗਲ ਘੁੱਟ ਕੇ ਅਤੇ ਕਤਲ ਕਰਤਾ। ਉਸ ਸੰਬੰਧੀ ਮੁਕੱਦਮਾ ਦਰਜ ਕਰਤਾ ਕੱਲ੍ਹ, ਅੱਜ ਇਹਦਾ ਪੋਸਟਮਾਰਟਮ ਕਰਵਾ ਰਹੇ ਹਾਂ ਅਤੇ ਦੋਸ਼ੀ ਜਿਹੜਾ ਮੌਕੇ ਤੋਂ ਭੱਜ ਗਿਆ ਸੀ ਉਹਦੀ ਤਲਾਸ਼ ਕਰਕੇ ਉਹਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਓ। ਨਹੀਂ ਬਸ ਨਸ਼ਾ ਕਰਦਾ ਸੀ, ਸ਼ਰਾਬ ਵਗੈਰਾ ਪੀਂਦਾ ਸੀਗਾ, ਉਹ ਪੈਸੇ ਮੰਗਦਾ ਸੀਗਾ, ਉਹ ਗਰੀਬੀ ਹੈ, 4 ਬੱਚੇ ਹੈ ਅਤੇ ਉਹ ਕਿੱਥੋਂ ਰੋਜ਼ ਪੈਸੇ ਦਿੰਦੀ ਉਹਨੂੰ, ਬਸ ਉਹ ਇਸ ਕਰਕੇ ਕਲੇਸ਼ ਰਹਿੰਦਾ ਸੀ ਘਰੇ ਅਤੇ ਉਹਨੇ ਕੱਲ੍ਹ ਗੱਲ ਘੁੱਟ ਕੇ ਦਿਮਾਗ ਕਰਤਾ।